ਪੁਲਿਸ ਵੱਲੋਂ ਰੇਡ ਮਾਰ ਕੇ ਦੇਸੀ ਲਾਹਣ ਕੀਤੀ ਗਈ ਬਰਾਮਦ। ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ਼ ਜ਼ਿਲ੍ਹਾ ਰੂਪਨਗਰ ਪੁਲਿਸ ਵੱਲੋਂ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਸਥਾਨਕ ਪੁਲਿਸ ਵੱਲੋਂ ਪੰਜਾਬ ਹਿਮਾਚਲ ਬਾਰਡਰ ਦੇ ਨਜ਼ਦੀਕ ਪਿੰਡ ਗੰਭੀਰਪੁਰ ਤੇ ਮਜਾਰੀ ਦੀ ਖੱਡ ਦੇ ਵਿੱਚੋਂ ਵੱਡੀ ਮਾਤਰਾ 'ਚ ਦੇਸੀ ਲਾਹਣ ਦੇ ਡਰਮ ਫੜੇ ਗਏ ਤੇ ਉਨ੍ਹਾਂ ਨੂੰ ਐਕਸਾਈਜ਼ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਮੌਕੇ 'ਤੇ ਹੀ ਨਸ਼ਕ ਕੀਤਾ ਗਿਆ। ਦੱਸਣਯੋਗ ਹੈ ਕਿ ਲੰਬੇ ਸਮੇਂ ਤੋਂ ਇਹ ਇਲਾਕਾ ਦੇਸੀ ਸ਼ਰਾਬ ਤੇ ਹੋਰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਸਮੇਂ-ਸਮੇਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਰੇਡ ਕਰਕੇ ਅਜਿਹਾ ਕੰਮ ਕਰਨ ਵਾਲੇ ਸਮਾਜ ਵਿਰੋਧੀ ਲੋਕਾਂ ਦੀ ਧਰਪਕੜ ਕੀਤੀ ਜਾਂਦੀ ਹੈ। ਅੱਜ ਵੀ ਇੱਕ ਖਾਸ ਆਪਰੇਸ਼ਨ ਦੇ ਤਹਿਤ ਥਾਣਾ ਸ੍ਰੀ ਆਨੰਦਪੁਰ ਸਾਹਿਬ ਦੀ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਗੰਭੀਰਪੁਰ ਤੇ ਮਜਾਰੀ ਦੀ ਖੱਡ ਵਿੱਚ ਰੇਡ ਕੀਤੀ ਤੇ ਮੌਕੇ ਤੋਂ 5 ਡਰਮ ਦੇਸੀ ਲਾਹਣ ਦੇ ਬਰਾਮਦ ਕੀਤੇ, ਜਿਨ੍ਹਾਂ ਵਿੱਚ ਤਕਰੀਬਨ 1000 ਲੀਟਰ ਦੇਸੀ ਲਾਹਣ ਸੀ। ਇਸ ਲਾਹਣ ਨੂੰ ਮੌਕੇ ਤੇ ਹੀ ਨਸ਼ਕ ਕੀਤਾ ਗਿਆ। ਸ੍ਰੀ ਆਨੰਦਪੁਰ ਸਾਹਿਬ ਦੇ SHO ਦਾਨਿਸ਼ਵੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਅਣਪਛਾਤਿਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੇ ਲੋਕਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜਲਦ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇਗਾ। ਇਹ ਜੀ ਸਾਨੂੰ ਜਿਹੜੀ ਸੀਕ੍ਰੇਟ ਇਨਫੋਰਮੇਸ਼ਨ ਸੀ ਜੀ ਕਿ ਜਿਹੜੀ ਗੰਭੀਰਪੁਰ ਅਤੇ ਮਜਾਰੀ ਵਾਲੀ ਖੱਡ ਆ ਇੱਥੇ ਜਿਹੜੀ ਹੈਗੀ ਆ ਲਾਹਣ ਜਿਹੜੀ ਇੱਕ ਬੜੀ ਮਾਤਰਾ ਦੇ ਵਿੱਚ ਦੱਬੀ ਹੋਈ ਹੈ ਜਿਹਦੇ ਵਿੱਚ ਇੱਥੋਂ ਦੀ ਪੁਲਿਸ ਪਾਰਟੀ ਵੱਲੋਂ ਜਿਹੜਾ ਹੈਗਾ ਐਕਸਾਈਜ਼ ਇੰਸਪੈਕਟਰ ਸਾਹਿਬ ਨਾਲ ਤਾਲਮੇਲ ਕੀਤਾ ਗਿਆ ਅਤੇ ਮੌਕੇ 'ਤੇ ਜਿਹੜਾ ਹੈਗਾ ਆ ਕਾਰਵਾਈ ਕਰਦੇ ਹੋਏ ਜਿਹੜਾ 5 ਜਿਹੜੇ ਹੈਗੇ ਆ ਡਰੰਮ ਹੈਗੇ ਦੱਬੇ ਹੋਏ ਜਿਹੜੇ ਆ ਬਾਹਰ ਕੱਢੇ ਗਏ ਅਤੇ ਜਿਹੜਾ ਵੇਟ ਕਰਨ 'ਤੇ ਕਰੀਬ 1000 ਲੀਟਰ ਜਿਹੜੀ ਲਾਹਣ ਬਰਾਮਦ ਹੋਈ ਹੈ ਜੀ। ਉਹ ਤੋਂ ਬਾਅਦ ਐਕਸਾਈਜ਼ ਇੰਸਪੈਕਟਰ ਸਾਹਿਬ ਦੀ ਰਿਪੋਰਟ ਤੋਂ ਬਾਅਦ ਅਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਹੈਗਾ ਉੱਥੇ ਮੌਕੇ 'ਤੇ ਜਿਹੜਾ ਹੈਗਾ ਨਸ਼ਟ ਕੀਤਾ ਗਿਆ ਜੀ ਅਤੇ ਜਿਹੜੇ ਹੋਰ ਵੀ ਅਜੇ ਅਨਨੋਨ ਦੇ ਖਿਲਾਫ਼ ਮੁਕੱਦਮਾ ਇਹ ਦਰਜ ਕੀਤਾ ਹੈ ਜੀ। ਫਾਇੰਡ ਆਊਟ ਕਰ ਰਹੇ ਵੀ ਕਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਲਾਹਣ ਹੈਗੀ ਹੈ ਦੱਬੀ ਹੋਈ ਸੀ। ਇਹ ਓਪਰੇਸ਼ਨ ਪੰਜਾਬ ਪੁਲਿਸ ਦਾ ਸੀ ਜਾਂ ਹਿਮਾਚਲ ਪੁਲਿਸ ਨੇ? ਪੰਜਾਬ ਪੁਲਿਸ ਦਾ ਅਤੇ ਪਲੱਸ ਐਕਸਾਈਜ਼ ਡਿਪਾਰਟਮੈਂਟ।